ਨਗਰ ਕੌਂਸਲ ਪਾਤੜਾ ਦੇ 101 ਸਫਾਈ ਸੇਵਕਾਂ ਨੂੰ NRI ਨੇ ਲੋਹੜੀ ਦੇ ਮੱਦੇ ਨਜ਼ਰ ਵੰਡੇ ਕੰਬਲ। NRI ਸੁਖਦੇਵ ਸਿੰਘ ਬੈਲਸੀਅਮ ਨੇ ਇਸ ਦਿਨ ਵੀਰਵਾਰ ਨੂੰ ਬਾਅਦ ਦੁਪਹਿਰ 1 ਵਜੇ ਨਗਰ ਕੌਂਸਲ ਪਾਤੜਾ ਦੇ ਦਫ਼ਤਰ ਵਿਚ ਸਫਾਈ ਸੇਵਕਾਂ ਨੂੰ 101 ਡਬਲ ਬੈੱਡ ਦੇ ਕੰਬਲਾਂ ਦੀ ਸੇਵਾ ਕੀਤੀ ਗਈ ਹੈ। ਨਗਰ ਕੌਂਸਲ ਪ੍ਰਧਾਨ ਰਣਵੀਰ ਸਿੰਘ ਦੀ ਦੇਖ ਰੇਖ ਵਿਚ NRI ਦੇ ਵੱਲੋਂ ਕੀਤੀ ਗਈ ਸੇਵਾ ਦੇ ਲਈ ਸਫਾਈ ਸੇਵਕਾਂ ਨੇ ਧੰਨਵਾਦ ਕੀਤਾ ਹੈ। ਉੱਥੇ ਹੀ ਨਗਰ ਕੌਂਸਲ ਪ੍ਰਧਾਨ ਰਣਵੀਰ ਸਿੰਘ ਨੇ ਕੀਤੀ ਸੇਵਾ ਦੀ ਸਰਾਹਨਾ ਕਰਦਿਆਂ ਸੁਖਦੇਵ ਸਿੰਘ ਬੈਲਜੀਅਮ ਦਾ ਧੰਨਵਾਦ ਵੀ ਕੀਤਾ ਗਿਆ। ਮੈਂ ਜੀ ਸਫਾਈ ਸੇਵਕ ਯੂਨੀਅਨ ਦਾ ਸਰਪ੍ਰਸਤ ਹਾਂ ਜੀ। ਇਹ ਜੀ ਸੁਖਦੇਵ ਸਿੰਘ NRI ਬੈਲਜੀਅਮ ਸਾਹਿਬ ਜੀ ਨੇ ਸ਼ਹਿਰ ਦੀ ਸਫਾਈ ਨੂੰ ਦੇਖ ਕੇ ਅਤੇ ਲੋਹੜੀ ਦੇ ਤਿਉਹਾਰ ਦੇ ਉੱਪਰ ਸਫਾਈ ਕਰਮਚਾਰੀਆਂ ਨੂੰ ਠੰਡ ਨੂੰ ਰਾਹਤ ਦਿਵਾਉਣ ਦੇ ਵਾਸਤੇ ਸਾਰੀ ਹੀ ਕਮੇਟੀ ਦੇ ਵਿੱਚ ਅਸੀਂ ਘੱਟੋ ਘੱਟ 100 ਤੋਂ ਉੱਪਰ ਬੰਦੇ ਕੰਮ ਕਰਦੇ ਹਾਂ। ਸਾਰਿਆਂ ਨੂੰ ਲੋਹੜੀ ਦੀ ਵਧਾਈ ਦੇ ਉੱਪਰ ਡਬਲ ਬੈੱਡ ਦੇ ਕੰਬਲ ਨੇ ਜਿਹੜੇ ਉਹ ਸਾਨੂੰ ਦਿੱਤੇ ਗਏ ਨੇ ਠੰਡ ਦੀ ਰਾਹਤ ਦੇ ਵਾਸਤੇ। ਅਸੀਂ ਸੁਖਦੇਵ ਸਿੰਘ ਦਾ ਅਤੇ ਉਹਨਾਂ ਦੇ ਨਾਲ ਆਏ ਸਾਥੀਆਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਹੁਣ ਵੀ ਅਸੀਂ ਵਧੀਆ ਸਫਾਈ ਕਰਦੇ ਹਾਂ ਜੀ, ਅੱਗੇ ਵੀ ਸਫਾਈ ਦਾ ਬੜਾ ਚੰਗਾ ਧਿਆਨ ਰੱਖਾਂਗੇ। ਇਸ ਕਰਕੇ ਅਸੀਂ ਸੁਖਦੇਵ ਸਿੰਘ ਜੀ ਦਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜੀ। ਫਾਇਦਾ ਤਾਂ ਜੀ ਹੁਣ ਜਿਹੜੀ ਇੰਨੀ ਠੰਡ ਪੈਂਦੀ ਹੈ ਸਾਹਿਬ ਜੀ, ਬਹੁਤ ਵਧੀਆ ਡਬਲ ਬੈੱਡ ਦੇ ਕੰਬਲ ਨੇ ਜੀ, ਰਾਹਤ ਆਊਗੀ ਜਦੋਂ ਕੰਬਲ ਲੈ ਕੇ ਉੱਪਰ ਪਵਾਂਗੇ ਤਾਂ ਠੰਡ ਨੂੰ ਰਾਹਤ ਆਵੇਗੀ ਸਾਹਿਬ ਜੀ। ਕਦੇ ਕੋਈ ਉਪਰਾਲਾ ਕਿਸੇ ਵੱਲੋਂ ਨਗਰ ਕੌਂਸਲ? ਨਾ ਜੀ ਨਾ, ਅੱਜ ਤੱਕ ਮੈਨੂੰ ਲੱਗਦਾ ਜੀ 1950 ਤੋਂ ਲੈ ਕੇ ਅੱਜ ਤੱਕ ਕਿਸੇ ਨੇ ਇਹੋ ਜੀ ਸਾਰਿਆਂ ਨੇ ਲਿੱਤੀ ਜੇ ਇਹੋ ਜਿਹਾ ਸੁਖਦੇਵ ਸਿੰਘ ਨੇ ਕੀਤਾ ਜੀ। ਇਹਨਾਂ ਦਾ ਬਹੁਤ ਵਧੀਆ ਉਪਰਾਲਾ ਹੈ, ਅਸੀਂ ਧੰਨਵਾਦ ਕਰਦੇ ਹਾਂ ਇਹਨਾਂ ਦਾ ਵੀ, ਬਾਕੀ ਇਹਦੇ ਪਰਿਵਾਰ ਦਾ ਵੀ ਪਰਮਾਤਮਾ ਇਹਨਾਂ ਨੂੰ ਬਲ ਬਖਸ਼ੇ ਸੱਚੇ ਪਾਤਸ਼ਾਹ। ਠੀਕ ਹੈ ਜੀ, ਇਦੋਂ ਵੀ ਦਿਨ ਦੁੱਗਣਾ ਰਾਤ ਚੌਗਣੀ ਕਰੇ, ਅਸੀਂ ਕਹਿੰਦੇ ਪਰਮਾਤਮਾ ਇਹੋ ਜਿਹੇ ਸੇਵਾਦਾਰ ਹੋਰ ਵੀ ਪੈਦਾ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਪਾਤਰਾਂ ਦੇ ਸਫਾਈ ਸੇਵਕਾਂ ਨੂੰ ਅੱਜ ਕੰਬਲਾਂ ਦੀ ਜੋ ਆਪਣੀ ਦਸਾਂ ਦੀ ਕਿਰਤ ਕਮਾਈ ਦੇ ਵਿੱਚੋਂ ਵੰਡ ਹੋਈ ਹੈ, ਬੜੀ ਮਨ ਨੂੰ ਖੁਸ਼ੀ ਵੀ ਹੋਈ ਹੈ। ਇਸ ਤੋਂ ਇਲਾਵਾ ਵੀ ਜਗ੍ਹਾ ਜਗ੍ਹਾ 'ਤੇ ਜਿਵੇਂ ਕਿ ਹੁਣ 17 ਜਨਵਰੀ ਇੱਕ ਬੱਚੀ ਦਾ ਵਿਆਹ ਕਰ ਰਹੇ ਹਾਂ, 18 ਫਰਵਰੀ ਨੂੰ ਵਿਆਹ ਇੱਕ ਹੋ ਰਿਹਾ ਹੈ, ਹੋਰ ਇਸ ਤਰ੍ਹਾਂ ਕੋਈ ਤਕਰੀਬਨ ਹੁਣ ਤੱਕ ਮੈਂ 10-12 ਬੱਚੀਆਂ ਦੇ ਵਿਆਹ ਵੀ ਕੀਤੇ ਨੇ। ਅੱਜ ਦੀ ਸੇਵਾ ਜੋ ਹੈ, ਅੱਜ ਦੀ ਸੇਵਾ ਸਿਰਫ ਇੱਥੇ ਸਾਰੇ ਪਾਤੜਾਂ ਦੇ ਸਫਾਈ ਸੇਵਕਾਂ ਨੂੰ ਕੰਬਲਾਂ ਦੀ ਸੇਵਾ ਕੀਤੀ ਗਈ ਹੈ। ਕਿਉਂ ਨਹੀਂ ਕਿ ਅੱਜ ਬਹੁਤ ਠੰਡ ਦਾ ਸਮਾਂ ਆ ਅਤੇ ਜ਼ਰੂਰਤ ਵੀ ਸੀ ਇਸ ਚੀਜ਼ ਦੀ, ਅਤੇ ਉਸ ਜ਼ਰੂਰਤ ਨੂੰ ਦੇਖਦੇ ਹੋਇਆਂ ਅੱਜ ਇਹ ਸੇਵਾ ਕੀਤੀ ਗਈ ਹੈ। ਆਉਣ ਵਾਲੇ ਸਮੇਂ 'ਚ ਇਸ ਤਰ੍ਹਾਂ ਦੀ ਸਾਮਾ ਤੁਹਾਡੀਆਂ? ਇਹ ਵਾਹਿਗੁਰੂ ਦੀ ਕਿਰਪਾ ਜੀ, ਸਵਾਸਾਂ ਦਾ ਕੋਈ ਭਰੋਸਾ ਨਹੀਂ ਹੁੰਦਾ, ਜਿੰਨਾ ਕੁਝ ਸਵਾਸ ਰਹੇ ਇਹ ਸਤਿਗੁਰ ਦੀ ਕਿਰਪਾ ਦੇ ਨਾਲ ਆਪਣੀ ਦਸਾਂ ਲਾਵਾਂ ਦੀ ਕਿਰਤ ਕਮਾਈ ਦੇ ਵਿੱਚੋਂ ਸੇਵਾ ਕਰਦੇ ਰਹਾਂਗੇ। ਇਹੀ ਹੈ ਕਿ ਹਰ ਇੱਕ ਨੂੰ ਆਪਣੀ ਦਸਾਂ ਲਾਵਾਂ ਦੀ ਕਿਰਤ ਕਮਾਈ ਦੇ ਵਿੱਚੋਂ ਦਸਵੰਧ ਕੱਟ ਕੇ ਇਹੋ ਜਿਹੇ ਥਾਵਾਂ 'ਤੇ ਜ਼ਰੂਰ ਲੋੜਵੰਦ ਪਰਿਵਾਰਾਂ ਨੂੰ ਜਿੰਨਾ ਜੋ ਵੀ ਲੋੜ ਹੁੰਦੀ ਹੈ ਉਹ ਲੋੜ ਪੂਰੀ ਕਰਨੀ ਚਾਹੀਦੀ ਹੈ। ਧੰਨਵਾਦ ਸਾਰੇ ਵੀ ਜੀਆਂ ਨੂੰ, ਜਿੰਨੇ ਵੀ ਜੋ ਇੱਥੇ ਵੀਰ ਆਏ ਹੋਏ ਨੇ, ਸਾਰਿਆਂ ਨੂੰ ਲੋਹੜੀਆਂ ਦੀਆਂ ਬਹੁਤ ਬਹੁਤ ਵਧਾਈਆਂ ਹੋਣ। ਰਣਵੀਰ ਸਿੰਘ, ਪ੍ਰਧਾਨ ਨਗਰ ਕੌਂਸਲ ਪਾਤੜਾ। ਅੱਜ ਸਰਦਾਰ ਸੁਖਦੇਵ ਸਿੰਘ NIR ਬੈਲਜੀਅਮ ਅਤੇ ਸਰਦਾਰ ਪ੍ਰਗਟ ਸਿੰਘ ਸਰਾਂ ਵੱਲੋਂ ਸਾਰੇ ਨਗਰ ਕੌਂਸਲ ਦੇ
ਸਫਾਈ ਕਰਮਚਾਰੀ ਸੇਵਾਮੈਨਾਂ ਜਿੰਨੇ ਵੀ ਤਕਰੀਬਨ ਲਗਭਗ 100 ਗਿਣਤੀ ਸੀਗੀ, ਉਹਨਾਂ ਨੂੰ ਬਹੁਤ ਵਧੀਆ ਕੰਬਲ ਦੇ ਕੇ ਨੇ ਸਰਦੀ ਦੇ ਮੌਸਮ ਦੇ ਵੀ ਸੇਵਾ ਕੀਤੀ ਹੈ। ਮੈਂ ਆਪਣੇ ਵੱਲੋਂ ਨਗਰ ਕੌਂਸਲ ਦੇ ਸਮੂਹ ਕਰਮਚਾਰੀ ਵੱਲੋਂ ਉਹਨਾਂ ਨੂੰ ਵਧਾਈ ਦਿੰਦਾ ਅਤੇ ਵਾਹਿਗੁਰੂ ਅੱਗੇ ਅਰਦਾਸ ਕਰਦਾ ਇਹਨਾਂ ਦੀ ਲੰਬੀ ਉਮਰ ਹੋਵੇ ਔਰ ਲੋਕਾਂ ਦੀ ਸੇਵਾ ਇੱਦਾਂ ਕਰਦੇ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਸੇਵਾ ਬਾਰੇ ਕੀ ਕਹਿਣਾ ਚਾਹੁੰਦਾ? ਅੱਜ ਸਾਡੇ ਮਨ ਦੇ ਵਿੱਚ ਬੜੇ ਚਿਰ ਤੋਂ ਸੀ ਕਿ ਨਗਰ ਕੌਂਸਲ ਪਾਤੜਾਂ ਦੇ ਵਿੱਚ ਜਿੰਨੇ ਵੀ ਵਰਕਰ ਸਫਾਈ ਸੇਵਾ ਦਾ ਕੰਮ ਕਰਦੇ ਨੇ ਇਹਨਾਂ ਦਾ ਮਾਨ ਸਨਮਾਨ ਕਰਨਾ ਬਹੁਤ ਜ਼ਰੂਰੀ ਹੈ, ਇਸ ਕਰਕੇ ਇਹਨਾਂ ਦਾ ਮਾਨ ਸਨਮਾਨ ਕੀਤਾ ਅਸੀਂ। ਇੱਕ ਮਿੰਟ ਖੜ੍ਹ ਜਾ।